देखो पंजाब पहला सरकार की करोपी का शिकार सी, दहशत सी, उनको दी स्थिति बड़ी नाजुक सी। हुण नाल नाल कुदरती करोपी ने जो हौल पाते पंजाब के किसानों के दिल अंदर, ये बड़ी एक स्थिति नाजुक बड़ी नज़र आ रही है। और मैं इस गल का अफसोस आ कि किसान जड़ा है वो ढाहा मार के रो रहा, किसानी का दर्द जानने लिए उसके नाल खड़न लिए पंजाब सरकार को जिनी गंभीरता ते संजीदगी दिखानी चाहिए ते तेजी लियानी चाहिए सी, वो कितने भी नज़र नहीं आ रही। मुख्यमंत्री साहब ने 24 तरीक को बारिश होने तो तुरंत बाद कहा था कि हफ्ते के गिरदौरी होकर मुआवजा घर पहुँच जाएगा, हफ्ता लंघन तो बाद हुण कहिंदे विसाखी ते पहुँचेगा। तो अजे तक सच्चाई ये आ कि सरकार वल्लों अधिकारियों दीआं टीमां जिहड़ियां जाणियां सी असैस करन लई खराबा, वो तो कितने नज़र नहीं आ रही। मतलब अजे तो रेवन्यू डिपार्टमेंट के पटवारी तक जिहड़े ने पिंडां तक नहीं पहुँच कर पाए। और हुण नवीं गल आ कि कल मुख्यमंत्री साहब आ रहे ने आप ते केजरीवाल साहब आ रहे ने पटियाले योगा कराउण। योगा तो किसानां दा मौसम नहीं कराता, ਕਿਹੜਾ ਕਿਸਾਨ ਆ, ਕਿਹੜਾ ਕਿਸਾਨ ਦਾ ਇੱਕ ਪਰਿਵਾਰ ਦਾ ਇੱਕ ਮੈਂਬਰ ਆ ਜਿਹੜਾ ਦਿਹਾੜੀ 'ਤੇ 10-10 ਵਾਰੀ ਵੱਟਾਂ 'ਤੇ ਗੇੜੇ ਨਹੀਂ ਮਾਰ ਰਿਹਾ, ਅਤੇ ਹੁਣ ਭੁੱਖੇ ਢਿੱਡਾਂ ਦਾ ਯੋਗਾ ਕਰਾਉਣ ਲਈ ਅਤੇ ਸਾਰੀ ਮਸ਼ੀਨਰੀ ਇੱਥੇ ਲਿਆਣ ਕੇ ਬਿਠਾਤੀ। 2 ਦਿਨ ਤੋਂ ਆਓ ਭਗਤ ਦੇ ਵਿੱਚ ਅਧਿਕਾਰੀ ਕਰਮਚਾਰੀ ਸਾਰੇ ਦੋ ਮੁੱਖ ਮੰਤਰੀਆਂ ਦੇ ਵੀ ਪੋਲੋ ਗਰਾਊਂਡ ਦੇ ਵਿੱਚ ਸਵਾਗਤ ਲਈ ਲੱਗੇ ਹੋਏ ਨੇ, ਤਿਆਰੀਆਂ ਵਿੱਚ ਲੱਗੇ ਹੋਏ ਨੇ। ਅਤੇ ਦੂਜੇ ਪਾਸੇ ਜਿਹੜੇ MLAs ਨੇ ਉਹ ਫੋਟੋਆਂ ਖਿਚਾਉਣ ਲਈ ਉਹਨਾਂ ਨੂੰ ਹਦਾਇਤਾਂ ਕਰਦੀਆਂ ਵੀ ਜਾਓ, ਉਹ ਫੋਟੋਆਂ ਖਿਚਾਉਣ ਵਾਸਤੇ ਆਪਣੇ ਪਟਵਾਰੀਆਂ ਨੂੰ ਅਧਿਕਾਰੀਆਂ ਨੂੰ ਲਾਉਣ ਲਈ ਫਿਰਦੇ ਨੇ। ਕਿਸਾਨਾਂ ਕੋਲ ਕੌਣ ਜਾ ਰਿਹਾ? ਕਿਸਾਨਾਂ ਕੋਲ ਕੋਈ ਨਹੀਂ ਜਾ ਰਿਹਾ, ਕਿਸਾਨ ਹਾਲ ਦੁਹਾਈ ਕਰ ਰਹੇ ਨੇ। ਔਰ ਅਫਸੋਸ ਇਸ ਗੱਲ ਦਾ ਕਿ ਇਸ ਬਾਰਿਸ਼ ਦੀ ਮਾਰ ਜਿਹੜੀ ਆ ਸਬਜ਼ੀਆਂ 'ਤੇ ਵੀ ਪੈ ਰਹੀ ਆ, ਬਰਸੀਨ 'ਤੇ ਚਾਰੇ 'ਤੇ ਪੈ ਰਹੀ ਆ। ਸਬਜ਼ੀਆਂ 'ਤੇ ਚਾਰਾ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ, ਉਹ ਬੜੀ ਨਾਜ਼ੁਕ ਦੌਰ ਦੇ ਵਿੱਚ ਹੋ ਰਿਹਾ, ਸਾਰਾ ਸਥਿਤੀ ਪੈਦਾ ਹੋ ਰਹੀ ਆ। ਫਿਰ ਕਣਕ ਦੀ ਖਰੀਦ ਦੇ ਜਿਹੜੇ ਪ੍ਰਬੰਧ ਨੇ ਜਿਨ੍ਹਾਂ ਦਾ ਅਸਰ ਪੈਣਾ, ਸਪੈਸੀਫਿਕੇਸ਼ਨ ਜਿਹੜੀਆਂ ਨੇ ਉਹ ਰਿਲੈਕਸ ਕਰਾਏ ਬਿਨਾਂ ਕਣਕ ਦਾ ਇੱਕ ਦਾਣਾ ਨਹੀਂ ਮੰਡੀਆਂ 'ਚ ਵਿਕ ਸਕਦਾ। ਮੱਧ ਪ੍ਰਦੇਸ਼ ਵਰਗੀਆਂ ਸਰਕਾਰਾਂ ਨੇ 22 ਹੈਂਡ ਫਾਈਲਾਂ ਲਿਜਾ ਕੇ ਅਧਿਕਾਰੀ ਭੇਜ ਕੇ ਕੇਂਦਰ ਤੋਂ ਸਪੈਸੀਫਿਕੇਸ਼ਨ 'ਚ ਰਿਲੈਕਸੇਸ਼ਨ ਲੈ ਵੀ ਲਈ, ਅਤੇ ਸਾਡੀ ਸਰਕਾਰ ਦੀ ਅਜੇ ਅਰਜ਼ੀ ਤੱਕ ਨਹੀਂ ਗਈ ਉੱਥੇ। ਅਤੇ ਇੱਕ ਦਾਣਾ ਜਿਹੜਾ ਹੈ ਪਹਿਲੀਆਂ ਤੈਅ ਕੀਤੀਆਂ ਸਪੈਸੀਫਿਕੇਸ਼ਨ 'ਤੇ ਵਿਕਣ ਜੋ ਕਰ ਹੀ ਰਿਹਾ, ਕਿਉਂਕਿ ਦਾਣੇ ਨੇ ਸੁੰਗੜ ਵੀ ਜਾਣਾ, ਦਾਣੇ ਨੇ ਡਿਸਕਲਰ ਵੀ ਹੋ ਜਾਣਾ, ਤੂੜੀ ਬਣਨੀ ਹੈ ਨਹੀਂ ਕੋਈ, ਚਾਰਾ ਬਰਸੀਨ ਹੈ ਕੋਈ ਨਹੀਂ, ਸਾਰੀ ਨਾਸ਼ ਨੈਸ਼ ਟੈਸ਼ ਹੋ ਗਈ। ਸੋ ਇਸ ਕਰਕੇ ਸਾਰੀ ਪਹਿਲੀਆਂ ਤੈਅ ਕੀਤੀਆਂ ਸਪੈਸੀਫਿਕੇਸ਼ਨ 'ਤੇ ਵਿਕਣ ਜੋ ਕਰ ਹੀ ਰਿਹਾ, ਕਿਉਂਕਿ ਦਾਣੇ ਨੇ ਸੁੰਗੜ ਵੀ ਜਾਣਾ, ਦਾਣੇ ਨੇ ਡਿਸਕਲਰ ਵੀ ਹੋ ਜਾਣਾ, ਤੂੜੀ ਬਣਨੀ ਹੈ ਨਹੀਂ ਕੋਈ, ਚਾਰਾ ਬਰਸੀਨ ਹੈ ਕੋਈ ਨਹੀਂ, ਸਾਰੀ ਨਾਸ਼ ਨੈਸ਼ ਟੈਸ਼ ਹੋ ਗਈ। ਸੋ ਇਸ ਕਰਕੇ ਸਾਰੀ ਸਥਿਤੀ ਬੜੀ ਨਾਜ਼ੁਕ ਆ। ਔਰ ਇਸ ਸਾਰੀ ਸਥਿਤੀ ਦੇ ਵਿੱਚ ਸਰਕਾਰ ਨੂੰ ਕਿਸਾਨ ਨਾਲ ਖੜ੍ਹਨ ਲਈ ਜਿੰਨੀ ਤੇਜ਼ੀ ਨਾਲ ਮਦਦ ਵਾਸਤੇ ਮੁਆਵਜ਼ੇ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਉਸ ਤਰ੍ਹਾਂ ਦਾ ਕੀਤਾ ਨਹੀਂ ਜਾ ਸਕਿਆ। ਮੈਂ ਸਮਝਦਾ ਅਜੇ ਤੱਕ ਤਾਂ ਪੰਜਾਬ ਸਰਕਾਰ ਨੇ ਨੈਚੁਰਲ ਕਲੇਮਿਟੀ ਦਾ ਕੇਸ ਬਣਾ ਕੇ ਨਹੀਂ ਭੇਜਿਆ। ਮੁੱਖ ਸਕੱਤਰ ਸਾਹਿਬ ਕਹੀ ਜਾਂਦੇ ਸਾਡੇ ਕੋਲ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਹੈਗਾ ਅਤੇ ਪਹਿਲੇ ਫੰਡ 'ਤੇ ਪਏ ਨੇ। ਅਸੀਂ ਚਾਹੁੰਦੇ ਹਾਂ ਕਿ ਵਿਸ਼ੇਸ਼ ਵਿੱਤੀ ਪੈਕੇਜ ਲੈਣ ਲਈ ਕਿਸਾਨੀ ਲਈ ਇਹ ਇੱਕ ਵਿਵਸਥਾ ਬਣਾਉਣ ਲਈ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ, ਉਹਦੀ ਕੇਸ ਦੀ ਤਿਆਰੀ ਕਰਨੀ ਚਾਹੀਦੀ ਸੀ, ਤਾਂ ਕਿ ਜਿਹੜੇ ਤੈਅਸ਼ੁਦਾ ਨੋਰਮ ਦੇ ਮੁਤਾਬਕ ਮੁਆਵਜ਼ੇ ਦੇ ਹੈਗੇ ਨੇ ਨੋਰਮਸ, ਉਹਨਾਂ ਤੋਂ ਉੱਪਰ ਉੱਠ ਕੇ ਵਿਸ਼ੇਸ਼ ਮਤਲਬ ਪੈਕੇਜ ਜਿਹੜਾ ਮੁਆਵਜ਼ੇ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਭਰਵਾਈ ਹੋਏਗੀ। ਕਿਉਂਕਿ ਹੁਣ ਤਾਂ ਫਸਲ ਪੱਕ ਚੁੱਕੀ ਸੀ, ਹੁਣ ਤਾਂ ਹੋਰ ਫਸਲ ਆਲਟਰਨੇਟਿਵ ਬੀਜਣ ਦਾ ਕੋਈ ਸਮਾਂ ਹੀ ਨਹੀਂ ਰਿਹਾ, ਅਤੇ ਇਸ ਲਈ ਸਾਰੇ ਫਸਲ ਦੀ ਟੋਟਲ ਜਿਹੜਾ ਨੁਕਸਾਨ ਆ ਉਹ ਨੁਕਸਾਨ ਦੀ ਭਰਪਾਈ ਤਾਂ ਹੀ ਹੋ ਸਕਦੀ ਆ ਜਿੱਥੇ ਪੂਰਾ ਖਰਾਬਾ ਹੋਇਆ ਉੱਥੇ 50,000 ਰੁਪਈਏ, ਜਿੱਥੇ ਅੱਧਾ ਹੋਇਆ ਉੱਥੇ 25,000 ਰੁਪਈਏ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ।